ਸ਼ਰੀਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ 8x8 ਦੇ ਬਕਸੇ ਚੋਂ 5 ਸਾਲ ਤੱਕ ਬੱਚੇ ਨੂੰ ਰੱਖਿਆ ਗਿਆ ਜੋੜੇ ਦੁਆਰਾ ਇਸ ਤਰ੍ਹਾਂ ਲੱਗਾ ਪਤਾ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ। ਸੋ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਜਿੱਥੇ ਮਾਪਿਆਂ ਵੱਲੋਂ ਆਪਣੇ ਗੋਦ ਲਏ ਪੁੱਤਰ ਨੂੰ 5 ਸਾਲਾਂ ਤੱਕ ਇੱਕ ਬਕਸੇ ਵਿੱਚ ਆਪਣੇ ਗੈਰਾਜ਼ ਵਿੱਚ ਰੱਖਿਆ ਗਿਆ ਜਿੱਥੇ ਇਹ ਪਰਿਵਾਰ ਅਮਰੀਕਾ ਦੇ ਫਾਲੋ ਰੀਡਾ ਸ਼ਹਿਰ ਵਿੱਚ ਰਹਿੰਦਾ ਹੈ। ਉੱਥੇ ਉਹਨਾਂ ਵੱਲੋਂ 13 ਸਾਲ ਦੇ ਗੋਦ ਲਏ ਬੱਚੇ ਨੂੰ ਸਕੂਲ ਜਾਣ ਲਈ ਹੀ ਬਕਸੇ ਤੋਂ ਬਾਹਰ ਕੱਢਿਆ ਜਾਂਦਾ ਸੀ ਤੇ ਵਾਪਸ ਆਉਣ ਤੋਂ ਬਾਅਦ ਉਸ ਨੂੰ ਫਿਰ 8x8 ਦੇ ਬਕਸੇ ਵਿੱਚ ਰੱਖਿਆ ਜਾਂਦਾ ਸੀ ਇਹ ਬੱਚੀ ਰੋਜ਼ਾਨਾ 18 ਘੰਟੇ ਇਸੇ ਤਰ੍ਹਾਂ ਡੱਬੇ ਦੇ ਵਿੱਚ ਬੰਦ ਰੱਖਿਆ ਜਾਂਦਾ ਸੀ ਉੱਥੇ ਇਸ ਬੱਚੇ ਨੂੰ ਯੂਰਨ ਅਤੇ ਪੂਟੀ ਵਾਸਤੇ ਇੱਕ ਬਾਲਟੀ ਦਿੱਤੀ ਜਾਂਦੀ ਸੀ ਬਕਸੇ ਦੇ ਵਿੱਚ ਇੱਕ ਗੱਦਾ ਲਾਇਆ ਹੋਇਆ ਸੀ ਜਿਸ ਉੱਪਰ ਬੱਚਾ ਪੂਰੀ ਤਰ੍ਹਾਂ ਨਜ਼ਰ ਰੱਖਣ ਵਾਸਤੇ ਇੱਕ ਕੈਮਰਾ ਲਾਇਆ ਹੋਇਆ ਸੀ ਬੱਚੇ ਦੇ ਮਾਪਿਆਂ ਵੱਲੋਂ ਇਸ ਤਰ੍ਹਾਂ ਰੱਖਣ ਦਾ ਪੇਦੋ ਉਸ ਸਮੇਂ ਖੁੱਲਿਆ ਜਦੋਂ ਬੱਚਾ ਆਪਣੇ ਸਕੂਲ ਤੋਂ ਹੀ 28 ਜਨਵਰੀ ਨੂੰ ਕਿਧਰੇ ਚਲਾ ਗਿਆ ਘਰ ਵਾਪਸ ਆ ਨਾ ਆਉਣ ਤੇ ਉਸਦੇ ਮਾਤਾ ਪਿਤਾ ਵੱਲੋਂ ਬੱਚੇ ਦੇ ਗੁੰਮ ਹੋਣ ਦੀ ਸ਼ਿਕਾਇਤ ਪੁਲਿਸ ਨੂੰ 30 ਜਨਵਰੀ ਨੂੰ ਦਿੱਤੀ ਗਈ ਜਦੋਂ ਬੱਚੇ ਦੀ ਪਾਲ ਕੀਤੀ ਗਈ ਤਾਂ ਬੱਚ ਨੇ ਪੁਲਿਸ ਸਟੇਸ਼ਨ ਵਿੱਚ ਆ ਕੇ ਦੱਸਿਆ ਕਿ ਘਰ ਵਿੱਚ ਭੇਜਣ ਦੀ ਬਜਾਏ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਾਵੇ ਬੱਚੇ ਵੱਲੋਂ ਦੱਸਿਆ ਗਿਆ ਕਿ ਕਿਸ ਤਰ੍ਹਾਂ ਉੱਪਰ ਕਿਸ ਤਰ੍ਹਾਂ ਉਸਦੇ ਉੱਪਰ ਹਤਿਆਚਾਰ ਕੀਤਾ ਜਾਂਦਾ ਹੈ ਇੱਕ ਛੋਟੇ ਡੱਬੇ ਵਿੱਚ ਬੰਦ ਕੀਤਾ ਜਾਂਦਾ ਮਾਪਿਆਂ ਵੱਲੋਂ ਪੁੱਛੇ ਜਾਣ ਤੇ ਦੋਨਾਂ ਦੱਸਿਆ ਹੈ ਕਿ ਉਹਨਾਂ ਵੱਲੋਂ ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਬੱਚੇ ਨੂੰ ਰੀਐਕਟਿਵ ਅਟੈਚਮੈਂਟ ਡਿਸਆਰਡਰ ਹੈ ਜਿੱਥੇ ਇਸ ਜੋੜੇ ਨੂੰ ਜੇਲ੍ਹ ਦੀ ਸਜ਼ਾ ਹੋਈ ਹੈ ਉੱਥੇ ਹੀ ਜੋੜੇ ਵੱਲੋਂ 36 ਲੱਖ ਰੁਪਏ ਦੀ ਬੇਲ ਦਿੱਤੀ ਗਈ ਹੈ ਤੇ ਬਾਹਰ ਆ ਗਏ ਹਨ ਪਰ ਪੁਲਿਸ ਵੱਲੋਂ ਇਸ ਜੋੜੇ ਨੂੰ ਆਪਣੇ ਬੱਚੇ ਦੇ ਨਾਲ ਮਿਲਣ ਦੀ ਇਜਾਜ਼ਤ ਨਹੀਂ ਹੋਵੇਗੀ ਦੋਸਤੋ ਤੁਹਾਡੇ ਕੀ ਵਿਚਾਰ ਨੇ ਕਮੈਂਟ ਸੈਕਸ਼ਨ 'ਚ ਜਰੂਰ ਦੱਸੋ ਧੰਨ